ਜ਼ਿਆਦਾ ਜੋ ਹੈ ਇਹਦੇ ਵਿੱਚ ਸਿੱਟ ਬਣੀ ਹੋਈ ਹੈ ਔਰ ਸਿੱਟ ਆਪਣੀ ਇਨਕੁਆਇਰੀ ਕਰ ਰਹੀ ਹੈ ਉਹਦੇ ਵਿੱਚ ਅਗਲੇ 10-15 ਦਿਨਾਂ ਦੇ ਵਿੱਚ ਵਿੱਚ ਜਿਹੜਾ ਜੋ ਵੀ ਫਾਈਨਲ ਹੋਇਆ ਜਿਹੜਾ ਬੰਦਾ ਕੋਈ ਜਾਇਜ਼ ਹੋਇਆ ਪੂਰੀ ਜਿਹੜੀ ਇਨਕੁਆਇਰੀ ਦੇ ਵਿੱਚ ਉਹ ਫਾਈਨਲ ਕਰਕੇ ਜੇ ਕੋਈ ਗਲਤ ਕੋਈ ਕਿਸੇ ਦਾ ਨਾਂ ਲਿਖਿਆ ਜਾਂ ਕੋਈ ਹੋਇਆ ਉਹ ਕਲੀਅਰ ਕਰ ਸਕਦਾ ਕਿ ਤੁਸੀਂ ਇੱਕ ਮੰਗ ਪੱਤਰ ਵੀ ਦਿੱਤਾ ਪਾਰਟੀ ਵੱਲੋਂ ਤਾਂ ਕੀ ਸੀ ਜਿਹੜਾ ਕਿ ਜਿਹਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਹੈ? ਅੱਜ ਦਾ ਪਿਛਲੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ 28 ਤਰੀਕ ਨੂੰ ਇੱਕ ਬਸਪਾ ਅੰਬੇਡਕਰ ਪਾਰਟੀ ਵੱਲੋਂ ਜੋ ਰੋਸ ਮਾਰਚ ਰੱਖਿਆ ਗਿਆ ਉਹ ਇਸ ਸੰਬੰਧ ਵਿੱਚ ਰੱਖਿਆ ਗਿਆ ਸੀ ਪਿਛਲੇ ਦਿਨੀ ਇੱਕ FIR ਜੋ ਮਨੋਜ ਕੁਮਾਰ ਨਾਹਰ ਜੀ 'ਤੇ 84 ਨੰਬਰ ਜੋ ਨਜਾਇਜ਼ ਪਰਚਾ ਰਾਜਨੀਤਿਕ ਇੱਕ ਦਬਾਅ ਦੇ ਹੇਠ ਕੀਤਾ ਗਿਆ ਸੀ ਉਸ ਸੰਬੰਧ ਦੇ ਵਿੱਚ 28 ਅਪ੍ਰੈਲ ਨੂੰ ਇੱਕ ਰੋਸ ਮਾਰਚ ਰੱਖਿਆ ਸੀ। ਉਹ ਰੋਸ ਮਾਰਚ ਦਫ਼ਤਰ ਤੋਂ ਸ਼ੁਰੂ ਹੋ ਕੇ SSP ਦਫ਼ਤਰ ਤੱਕ ਰੱਖਿਆ ਗਿਆ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਸਾਡੀ ਆਵਾਜ਼ ਨੂੰ ਸੁਣ ਕੇ ਸਾਨੂੰ ਇਹ ਆਸ਼ਵਾਸਨ ਦਵਾਇਆ ਸਾਡੇ ਦਫ਼ਤਰ ਤੱਕ DSP ਸਾਹਿਬ ਪਹੁੰਚੇ SHO ਸਾਹਿਬ ਪਹੁੰਚੇ ਵੀ ਤੁਸੀਂ ਰੋਸ ਮਾਰਚ ਨਾ ਕੱਢਿਆ ਜਾਵੇ ਅਸੀਂ ਮਨੋਜ ਕੁਮਾਰ ਨਾਹਰ ਅਤੇ ਭੱਟੀ ਜੀ ਦਾ ਜੇ ਉਹ ਬੇਕਸੂਰ ਨੇ ਤਾਂ ਉਹਨਾਂ ਦੀ ਇਨਕੁਆਇਰੀ ਕਰਕੇ ਉਹਨਾਂ ਦਾ ਨਾਂ ਕੱਢਿਆ ਜਾਊਗਾ। ਅਤੇ ਅੱਜ ਇਸ ਰੋਸ ਮਾਰਚ ਦੇ ਵਿੱਚ ਅੱਜ ਪਾਰਟੀ ਦਫ਼ਤਰ ਵਿੱਚ DSP ਸਾਹਿਬ ਨੇ ਆ ਕੇ ਸਾਰੀ ਸੰਗਤ ਨੂੰ ਇਹ ਵਿਸ਼ਵਾਸ ਦਵਾਇਆ ਪਾਰਟੀ ਵਰਕਰਾਂ ਨੂੰ ਜੋ ਵਿਸ਼ਵਾਸ ਦਵਾਇਆ ਵੀ ਜੇਕਰ ਅਸੀਂ 17 ਤੋਂ ਪਹਿਲਾਂ ਨਹੀਂ ਕੱਢਾਂਗੇ ਤੁਸੀਂ ਜੋ ਮਰਜ਼ੀ ਸੰਘਰਸ਼ ਕਰ ਸਕਦੇ ਜੀ ਪਰ ਸਾਡੀ ਇਹ ਅਸੀਂ ਅੱਜ ਚੇਤਾਵਨੀ ਵੀ ਦਿੰਦੇ ਹਾਂ ਵੀ 17 ਮਈ ਨੂੰ ਜੇ 17 ਮਈ ਤੋਂ ਪਹਿਲਾਂ ਮਨੋਜ ਕੁਮਾਰ ਨਾਹਰ ਜੀ ਦਾ ਅਤੇ ਭੱਟੀ ਜੀ ਦਾ ਇਸ 84 ਨੰਬਰ FIR 'ਚੋਂ ਨਾਂ ਨਾ ਕੱਢਿਆ ਗਿਆ ਅਤੇ 17 ਅਪ੍ਰੈਲ ਨੂੰ ਮਈ ਨੂੰ ਅਸੀਂ ਸਿਟੀ ਥਾਣੇ ਦੇ ਅਣਮਿੱਥੇ ਸਮੇਂ ਲਈ ਹਜ਼ਾਰਾਂ ਦੀ ਗਿਣਤੀ 'ਚ ਅਸੀਂ ਉੱਥੇ ਧਰਨਾ ਦੇਵਾਂਗੇ। ਸਰ ਪੁਲਿਸ ਵੱਲੋਂ ਕੋਈ ਸਿੱਟ ਬਣਾਉਣ ਦੀ ਵੀ ਗੱਲ ਕੀਤੀ ਗਈ ਹੈ ਜਾਂਚ ਕਮੇਟੀ ਵੀ? ਬਿਲਕੁਲ DSP ਸਾਹਿਬ ਵੱਲੋਂ ਦੱਸਿਆ ਗਿਆ ਵੀ ਇਹ 'ਚ SP PBI 2 DSP 4 SHO ਇੱਕ ਸਿੱਟ ਬਣਾਈ ਗਈ ਆ ਉਸ ਸਿੱਟ ਜੋ ਸਿੱਟ ਆ ਇਨਕੁਆਇਰੀ ਕਰ ਰਹੀ ਆ ਅਸੀਂ ਇਹਦੀ ਬਿਲਕੁਲ ਇਨਕੁਆਇਰੀ ਸਹੀ ਕਰਕੇ ਜੇ ਮਨੋਜ ਕੁਮਾਰ ਨਾਹਰ ਜੀ ਨਿਰਦੋਸ਼ ਨੇ ਤਾਂ ਇਹਨਾਂ ਨੂੰ ਬਾਹਰ ਕੱਢਿਆ ਜਾਊਗਾ ਇਹ DSP ਸਾਹਿਬ ਆਪ ਖੁਦ ਕਹਿ ਕੇ ਗਏ। ਜੋ ਅੱਜ 28 ਅਪ੍ਰੈਲ ਨੂੰ ਜੋ ਪਾਰਟੀ ਦੇ ਪੰਜਾਬ ਪ੍ਰਧਾਨ ਸ਼੍ਰੀ ਕਮਲਜੀਤ ਸਿੰਘ ਜੀ ਸਹੌਤਾ ਸਾਹਿਬ ਵੱਲੋਂ ਅੱਜ ਪਾਰਟੀ ਦਫ਼ਤਰ ਵਿੱਚ ਇੱਕ ਮੀਟਿੰਗ ਦਾ ਜਾਂ ਧਰਨੇ ਦਾ ਸੰਦੇਸ਼ ਦਿੱਤਾ ਸੀ ਇਸ ਵਿੱਚ ਯੂਥ ਨੇ ਵੱਧ ਚੜ੍ਹ ਕੇ ਸਾਥ ਦਿੱਤਾ ਅਤੇ ਜੋ ਇਹਨਾਂ ਨੇ ਹੁਕਮ ਕੀਤਾ ਕਿ 17 ਮਈ ਤੱਕ ਸਾਡੇ ਪਾਰਟੀ ਪ੍ਰਧਾਨ ਸ਼੍ਰੀ ਮਨੋਜ ਕੁਮਾਰ ਜੀ ਦਾ ਨਾਹਰ ਸਾਹਿਬ ਦਾ ਨਾਂ ਜੇ FIR ਵਿੱਚੋਂ ਨਾ ਕੱਢਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਜੋ ਅਸੀਂ ਗਰੀਬ ਲੋਕ ਯੂਥ ਪਾਰਟੀ ਬਸਪਾ ਅੰਬੇਦਕਰ ਵਿੱਚ ਸ਼ਾਮਿਲ ਵਾ ਉਹ ਵੀ ਇਸ ਪ੍ਰੈਸ ਦੇ ਕਾਨਫਰੰਸ ਦੇ ਮੀਡੀਆ ਦੇ ਰਾਹੀਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੀ ਆ ਕਿ ਜੋ ਕਮਲਜੀਤ ਸਹੌਤਾ ਜੀ ਨੇ 17 ਤਰੀਕ ਦਾ ਟਾਈਮ ਦਿੱਤਾ ਵਾ ਇਸ ਤੋਂ ਪਹਿਲਾਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਕਿ ਨਾਹਰ ਸਾਹਿਬ ਦਾ ਨਾਂ ਨਿਰਦੋਸ਼ ਵਾ ਨਿਰਦੋਸ਼ ਦੇ ਅਨੁਸਾਰ ਬਾਹਰ ਕੱਢਿਆ ਜਾਵੇ ਨਹੀਂ ਤਾਂ ਜਿੱਦਾਂ ਸਾਡੇ ਪੰਜਾਬ ਪ੍ਰਧਾਨ ਨੇ ਹੁਕਮ ਲਾਇਆ ਅਸੀਂ ਅੱਜ ਤੋਂ ਹਜ਼ਾਰਾਂ ਦੀ ਗਿਣਤੀ ਦੇ ਲੋਕਾਂ ਨੂੰ ਅਪੀਲ ਕਰਾਂਗੇ ਬੇਨਤੀਆਂ ਕਰਾਂਗੇ ਕਿ ਅੱਜ ਦੇ ਸਮੇਂ ਦੇ ਵਿੱਚ 75 ਸਾਲਾਂ ਤੋਂ ਲੈ ਕੇ ਜੋ ਗਰੀਬ ਵਰਗ ਦੇ ਲੋਕਾਂ ਦੇ ਨਾਲ ਧੱਕੇਸ਼ਾਹੀ ਹੋਈ ਆ ਉਸ ਧੱਕੇਸ਼ਾਹੀ ਨੂੰ ਬੰਦ ਕਰ ਦੇਵੇ ਸਰਕਾਰਾਂ ਨਹੀਂ ਤਾਂ ਆਉਣ ਵਾਲਾ ਸਮਾਂ ਇਹ ਯੂਥ ਬਹੁਤ ਹੀ ਸੁਚੱਜੇ ਢੰਗ ਨਾਲ ਇਹਨਾਂ ਸਰਕਾਰਾਂ ਨਾਲ ਨਜਿੱਠੇਗਾ। ਜੈ ਭੀਮ ਜੈ ਭਾਰਤ ਜੈ ਵਾਲਮੀਕਿ ਹਰ ਵਾਲਮੀਕਿ। Subscribe to our YouTube channel News DNN by clicking the bell icon. Don't forget to like, comment and share.